लेटेस्ट अपडेट सब तो पहला देखने लई सब्सक्राइब करो चैनल पंजाब ते प्रेस करो बेल आइकन। ਇਥੋਂ ਜੱਗ ਜ਼ਾਹਰ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣਾ ਚਾਹੁੰਦੇ ਨੇ ਪੰਜਾਬ ਦੀ ਵਿਧਾਨ ਸਭਾ। ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਅਕਾਲੀਆਂ ਨੇ ਬਦਲੀ ਕਰਾਈ ਚੋਣ ਕਮਿਸ਼ਨ ਨੂੰ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਲਫਜ਼ੀ ਵਾਰ ਕੀਤਾ, ਨਾ ਹਾਈਕੋਰਟ ਵਿੱਚ ਉਸ ਆਰਡਰ ਨੂੰ ਚੁਣੌਤੀ ਦਿੱਤੀ ਤੇ ਨਾ ਹੀ ਚੁਣੌਤੀ ਦਿੱਤੀ ਸੁਪਰੀਮ ਕੋਰਟ ਚ। ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਖਹਿਰਾ ਨੇ ਕੈਪਟਨ ਤੇ ਚੁਟਕੀ ਲੈਂਦਿਆਂ ਜੰਮ ਕੇ ਨਿਸ਼ਾਨੇ ਸਾਧੇ। ਆਮ ਆਦਮੀ ਪਾਰਟੀ ਦੇ MLA ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨ ਦੇ ਮੁੱਦੇ ਤੇ ਖਹਿਰਾ ਨੇ ਕਿਹਾ ਕਿ ਕੈਪਟਨ ਅਜਿਹਾ ਕਰਕੇ ਸੁਖਵੀਰ ਬਾਦਲ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣਾ ਚਾਹੁੰਦੇ ਨੇ। ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਸ਼ਾਮਿਲ ਕਰਾ ਰਹੇ ਨੇ ਆਮ ਆਦਮੀ ਪਾਰਟੀ ਦੇ MLAs ਨੂੰ, ਇੱਥੋਂ ਜੱਗ ਜ਼ਾਹਰ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਸੁਖਬੀਰ ਸਿੰਘ ਬਾਦਲ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣਾ ਚਾਹੁੰਦੇ ਨੇ ਪੰਜਾਬ ਦੀ ਵਿਧਾਨ ਸਭਾ ਵਿੱਚ, ਕਿਉਂਕਿ ਅਕਾਲੀ ਦਲ ਤੇ ਭਾਜਪਾ ਦੀ ਨਫ਼ਰੀ 17 ਹੈ, ਜਦਕਿ ਹੁਣ ਝਾੜੂ ਦੀ ਨਫ਼ਰੀ ਜਿਹੜੀ ਆ ਉਹ 2 ਕਾਂਗਰਸ ਵਿੱਚ ਜਾਣ ਨਾਲ ਫੁਲਕਾ ਸਾਹਿਬ ਦੇ ਅਸਤੀਫੇ ਤੋਂ ਬਾਅਦ ਤੇ ਸਾਡੇ ਲੋਕ ਸਭਾ ਲੜਨ ਤੋਂ ਬਾਅਦ ਇਹਨਾਂ ਦੀ ਨਫ਼ਰੀ ਹੁਣ 15 ਰਹਿ ਜਾਂਦੀ ਆ। ਇਸ ਲਈ ਅੱਜ ਜਿਹੜੀ ਮਿਲੀ ਭੁਗਤ ਦੀ ਰਾਜਨੀਤੀ ਬਾਰ ਬਾਰ ਕਰ ਰਹੇ ਸੀ ਅਮਰਿੰਦਰ ਸਿੰਘ, ਉਸ ਦਾ ਖੁਲਾਸਾ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਤਾਂਹੀਓ ਬਿਕਰਮ ਮਜੀਠੇ ਦੇ ਖਿਲਾਫ ਕੋਈ ਨਸ਼ੇ ਦਾ ਐਕਸ਼ਨ ਨਹੀਂ ਲਿਆ, ਕੈਪਟਨ ਅਮਰਿੰਦਰ ਸਿੰਘ ਨੇ ਤਾਂਹੀਓ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਅਕਾਲੀ ਦਲ ਦੇ ਬਾਦਲ ਦੇ ਪਰਿਵਾਰ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ, ਔਰ ਹੁਣ ਬੇਅਦਬੀ ਦੇ ਵਿੱਚ ਵੀ ਉਹਨਾਂ ਨੇ ਅੱਜ ਤੱਕ ਬਾਦਲ ਦੇ ਪਰਿਵਾਰ ਨੂੰ ਕੋਈ ਐਕਸ਼ਨ ਨਹੀਂ ਲਿਆ। ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਅਕਾਲੀਆਂ ਨੇ ਬਦਲੀ ਕਰਾਈ ਚੋਣ ਕਮਿਸ਼ਨ ਨੂੰ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਲਫਜ਼ੀ ਵਾਰ ਕੀਤਾ, ਨਾ ਹਾਈਕੋਰਟ ਵਿੱਚ ਉਸ ਆਰਡਰ ਨੂੰ ਚੁਣੌਤੀ ਦਿੱਤੀ ਤੇ ਨਾ ਹੀ ਚੁਣੌਤੀ ਦਿੱਤੀ ਸੁਪਰੀਮ ਕੋਰਟ 'ਚ। ਔਰ ਮੈਂ ਝਾੜੂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਫਰਜ਼ੀ ਇਨਕਲਾਬ ਦਾ ਜਿਹੜਾ ਸੀਗਾ ਕੱਚਾ ਚਿੱਠਾ ਵੀ ਲੋਕਾਂ ਦੇ ਸਾਹਮਣੇ ਆ ਚੁੱਕਾ, ਜਿਸ ਢੰਗ ਦੇ ਨਾਲ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮਾਫ਼ੀ ਮੰਗੀ ਔਰ ਕਾਂਗਰਸ ਦੀਆਂ ਮਿੰਨਤਾਂ ਕੱਢੀਆਂ, ਅੱਜ ਆਮ ਆਦਮੀ ਪਾਰਟੀ ਜਿਹੜਾ ਉਸ ਦਾ ਵੀ ਬਹੁਤ ਵੱਡੇ ਪੱਧਰ 'ਤੇ ਅੱਜ ਪਰਦਾ ਫਾਸ਼ ਹੋ ਚੁੱਕਾ। ਔਰ ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰ ਪੰਜਾਬ ਦੀ ਰਾਜਨੀਤੀ ਵਿੱਚ ਪੂਰਾ ਨਖੇੜਾ ਹੋ ਜਾਵੇ, ਜਿਹੜੇ ਲੋਕ ਕਰਪਸ਼ਨ ਨੂੰ ਸਪੋਰਟ ਕਰਦੇ ਨੇ, ਬਾਦਲਾਂ ਨੂੰ ਸਪੋਰਟ ਕਰਦੇ ਨੇ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।